ਕੋਈ ਬਿਲਕੁਲ ਨਹੀਂ ਸਾਨੂੰ ਕੀਤਾ ਜੀ, ਉਹਨਾਂ ਨੂੰ ਕੀਤੇ ਬਹੁਤ ਵਧਦੇ ਸੀ ਪਰ ਇੱਕ ਵੀ ਨਹੀਂ ਆਇਆ ਰਿਹਾ ਜੀ ਇਸ ਕੰਮ 'ਚ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਾਂਗੇ, ਚਾਹੇ ਉਹ ਆੜ੍ਹਤੀਆਂ ਦਾ ਕਰਜ਼ਾ ਵਾ, ਚਾਹੇ ਬੈਂਕ ਦਾ ਕਰਜ਼ਾ ਵਾ, ਚਾਹੇ ਕੋਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਵਾ, ਲੇਕਿਨ ਇਹਨਾਂ ਦੇ ਲਾਰੇ ਰਹਿ ਗਏ ਨੇ। ਅੱਜ ਜਿਹੜੇ ਪੰਜਾਬ ਦੇ ਕਿਸਾਨ ਰੋਜ਼ ਅਖਬਾਰ 'ਚ ਖਬਰਾਂ ਆਉਂਦੀਆਂ ਕਿਸਾਨ ਖੁਦਕੁਸ਼ੀ ਕਰ ਰਹੇ ਨੇ। ਅਕਸਰ ਸਰਕਾਰਾਂ ਸੱਤਾ ਹਾਸਲ ਕਰਨ ਲਈ ਹਜ਼ਾਰਾਂ ਵਾਅਦਿਆਂ ਨਾਲ ਆਮ ਲੋਕਾਂ ਨੂੰ ਆਪਣੇ ਜਾਲ 'ਚੋਂ ਫਸਾ ਲੈਂਦੀਆਂ ਨੇ ਅਤੇ ਫਿਰ ਸੱਤਾ ਹਾਸਲ ਹੋਣ ਤੋਂ ਬਾਅਦ ਸਰਕਾਰਾਂ ਵਾਅਦਿਆਂ ਤੋਂ ਮੂੰਹ ਫੇਰਦੀਆਂ ਨਜ਼ਰ ਆਉਂਦੀਆਂ ਨੇ। ਅਜਿਹਾ ਹੀ ਕੁਝ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ, ਜਿੱਥੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਲੋਕਾਂ ਨਾਲ ਉਹਨਾਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਲਈ ਵਾਅਦੇ ਅਤੇ ਦਾਅਵੇ ਕੀਤੇ ਗਏ ਸੀ, ਪਰ ਇਹਨਾਂ ਵਾਅਦੇ ਦੀ ਪੋਲ ਉਸ ਸਮੇਂ ਖੁੱਲ੍ਹਦੀ ਨਜ਼ਰ ਆ ਰਹੀ ਹੈ ਜਦੋਂ ਕਿਸਾਨ ਖੁਦਕੁਸ਼ੀ ਦਾ ਰਸਤਾ ਚੁਣ ਰਹੇ ਨੇ, ਬੇਰੁਜ਼ਗਾਰ ਰੁਜ਼ਗਾਰ ਲਈ ਦੁਹਾਈ ਦੇ ਰਹੇ ਨੇ ਅਤੇ ਕੱਚੇ ਮੁਲਾਜ਼ਮ ਪੱਕੇ ਹੋਣ ਲਈ ਤਰਲੇ ਕਰ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਮੁੱਲਾਪੁਰ ਦਾਖਾ ਤੋਂ ਸਾਹਮਣੇ ਆਇਆ, ਜਿੱਥੇ ਕਿਸਾਨ ਦੀ ਬੈਂਕ ਦੀ ਚਿੱਠੀ ਨੇ ਜਾਨ ਲੈ ਲਈ ਆ। ਜੀ ਹਾਂ, ਤੁਸੀਂ ਸੁਣ ਕੇ ਹੈਰਾਨ ਤਾਂ ਹੋਵੋਗੇ ਕਿ ਬੈਂਕ ਦੀ ਚਿੱਠੀ ਕਿਵੇਂ ਜਾਨ ਲੈ ਸਕਦੀ ਹੈ। ਦਰਅਸਲ ਮਾਮਲਾ ਇਹ ਹੈ ਕਿ ਕਿਸਾਨ ਨੇ ਜਗਰਾਉਂ ਦੇ ਇੱਕ ਪ੍ਰਾਈਵੇਟ ਬੈਂਕ ਤੋਂ 10 ਲੱਖ ਦਾ ਕਰਜ਼ਾ 3 ਸਾਲ ਪਹਿਲਾਂ ਆਪਣੀਆਂ ਲੜਕੀਆਂ ਦੇ ਵਿਆਹ ਕਰਨ ਲਈ ਲਿਆ ਸੀ, ਜੋ ਵਾਪਸ ਨਾ ਕਰ ਸਕਿਆ। ਇਸ ਦੇ ਪਿੱਛੇ ਦੀ ਤਰਾਸਦੀ ਇੱਕ ਇਹ ਵੀ ਹੈ ਕਿ ਕਿਸਾਨ ਕੋਲ ਸਿਰਫ 2 ਕਿੱਲੇ ਜ਼ਮੀਨ ਹੈ ਅਤੇ ਉਸਦਾ ਲੜਕਾ ਅਜੇ 12ਵੀਂ ਕਰਕੇ ਰੁਜ਼ਗਾਰ ਦੀ ਭਾਲ ਕਰ ਰਿਹਾ। ਘਰ ਦਾ ਗੁਜ਼ਾਰਾ ਚਲਾ ਰਹੇ ਜਸਪਾਲ ਸਿੰਘ ਨਾਮਕ ਕਿਸਾਨ ਕਰਜ਼ੇ ਦੀ ਮਾਰ ਹੇਠ ਦੱਬ ਗਿਆ ਅਤੇ ਬੈਂਕ ਦੀ ਚਿੱਠੀ ਦੇਖ ਕੇ ਉਸਦੇ ਦਿਲ ਨੂੰ ਝਟਕਾ ਲੱਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਘਰ ਦੀ ਹਾਲਤ ਬਾਰੇ ਦੱਸਦਿਆਂ ਪੰਜਾਬ ਸਰਕਾਰ ਨੂੰ ਕੋਸਿਆ ਹੈ। ਪਰਸੋਂ ਇਹਨਾਂ ਨੇ ਜੀ ਬੈਂਕ ਵੱਲੋਂ ਆਈਆਂ ਸੀਗਾ ਗਵਾਹ ਅਤੇ ਇਹਨਾਂ ਨੂੰ ਸਾਨੂੰ ਅਤੇ ਜਦੋਂ ਇਹਨਾਂ ਨੇ ਚਿੱਠੀਆਂ ਦੇਖ ਲਈਆਂ ਇੱਕਦਮ ਮੂਹਰ ਜਿਹਾ ਲੈ ਕੇ ਹਾਰਟ ਅਟੈਕ ਹੋ ਗਿਆ ਜੀ। ਅੱਛਾ ਜੀ, ਹਾਂਜੀ। ਇਹ ਕਿੰਨਾ ਕਰਜ਼ਾ ਸੀਗਾ ਜੀ? 10 ਲੱਖ ਦਾ ਕਰਜ਼ਾ ਸੀਗਾ ਅਤੇ ਹੁਣ 13 ਲੱਖ ਰੁਪਈਆ ਬਣ ਗਿਆ ਜੀ। ਅੱਛਾ ਜੀ, ਹਾਂਜੀ। ਅਤੇ ਉਹਨਾਂ ਨੂੰ ਸਰਕਾਰ ਨੇ ਜਿਵੇਂ ਵਾਅਦੇ ਕੀਤੇ ਸੀ ਮਾਫ਼ ਕਰਨ ਦੇ, ਕੋਈ ਨਹੀਂ, ਕੋਈ ਨਹੀਂ ਪੂਰਾ ਹੋਇਆ ਜੀ। ਉਹਦੇ ਕਹਿੰਦੇ ਕਿ ਸਾਰੇ ਪੂਰੇ ਕਰਾਂਗੇ, ਕੋਈ ਪੂਰਾ ਨਹੀਂ ਹੋਇਆ ਜੀ। ਕਿ ਮਤਲਬ ਹੁਣ ਪਾਪਾ ਨੂੰ ਇੱਕਦਮ ਚਿੱਠੀ ਦੇਖ ਰਹੇ ਹਾਰਟ ਅਟੈਕ ਆ ਗਿਆ? ਹਾਂਜੀ, ਇੱਕਦਮ ਚਿੱਠੀ ਦੇਖਦੇ ਹਾਂ ਹਾਰਟ ਅਟੈਕ ਆ ਗਿਆ। ਕੀ ਮੰਗ ਕਰਦੇ ਹੁਣ ਆਪਾਂ? ਹੁਣ ਆਹੀ ਜੀ, ਮਾਫ਼ੀ ਦੀ, ਮਾਫ਼ ਹੋ ਜੀ ਭਰਾ ਜੀ। ਇਸ ਤਰ੍ਹਾਂ ਸੀ, ਉਹ ਅੱਗੇ ਵੀ ਟੈਨਸ਼ਨ ਥੋੜ੍ਹੀ ਲੈਣ ਦਿਆ ਸੀ ਅਤੇ ਰਹਿੰਦਾ ਸੀ। ਉਹ ਜਦੋਂ ਉਹਨੂੰ ਗਵਾਹ ਨੂੰ ਚਿੱਠੀ ਆ ਗਈ, ਗਵਾਹ ਦੇ ਕੋਲ ਮੌਕੇ 'ਤੇ ਉਸ ਟਾਈਮ 'ਤੇ ਸੀ, ਕੋਲ ਉਹਨੇ ਹੁੰਦਿਆਂ ਸਰ ਦੇਖਦੀ ਅੱਗੇ ਉਹਨੂੰ ਪਤਾ ਨਹੀਂ ਸੀ ਲੱਗਦਾ ਜੀ। ਦੇਖਦਿਆਂ ਸਰ ਉੱਥੋਂ ਆ ਗਿਆ ਮੋਟਰਸਾਈਕਲ, ਘਰ ਨੂੰ ਆ ਗਿਆ ਜੀ। ਘਰ ਆਉਂਦਿਆਂ ਬਸ ਇੱਥੇ ਪੈ ਗਿਆ, ਪੈ ਮੈਨੂੰ ਇੱਕ ਤਾਂ ਮਤਲਬ ਵੀ ਚਿੱਠੀ ਦੇ ਬੋਝ ਕਰਕੇ ਸਾਰਾ ਬੋਝ ਕਰਕੇ ਚਿੱਠੀ ਦੇਖਦਿਆਂ ਸਾਰ ਹੀ ਹੋ ਗਿਆ। ਪਹਿਲਾਂ ਉਹਨੂੰ ਦੱਸਦੇ ਨਹੀਂ ਸੀ ਇਹ ਚਿੱਠੀ ਆ। ਪਰ ਸਰਕਾਰ, ਕਾਂਗਰਸ ਸਰਕਾਰ ਨੇ ਤਾਂ ਵਾਅਦੇ ਕੀਤੇ ਸੀ ਅਸੀਂ ਸਾਰਾ ਕਰਜ਼ਾ ਮਾਫ਼ ਕਰਾਂਗੇ। ਕੋਈ ਬਿਲਕੁਲ ਨਹੀਂ ਸਾਨੂੰ ਕੀਤਾ ਜੀ, ਉਹਨਾਂ ਨੂੰ ਕੀਤੇ ਬਹੁਤ ਵਧਦੇ ਸੀ ਪਰ ਇੱਕ ਵੀ ਨਹੀਂ ਆਇਆ ਰਿਹਾ ਜੀ ਇਸ ਕੰਮ 'ਚ। ਮਤਲਬ ਬੈਂਕ ਦੀ ਚਿੱਠੀ ਅੱਗੇ ਵੀ ਆਉਂਦੀ ਸੀ? ਚਿੱਠੀ ਆਉਂਦੀ ਅਸੀਂ ਦਿੰਦੇ ਨਹੀਂ ਸੀ, ਉਹਨੂੰ ਦਿਖਾਈ ਨਹੀਂ ਹੁਣ ਤੱਕ। ਅੱਛਾ ਜੀ, ਜਦੋਂ ਚਿੱਠੀ ਉਹਨੇ ਦੇਖ ਲਈ ਉਸੇ ਵਕਤ ਤੋਂ ਗਵਾਹ ਦੀ ਚਿੱਠੀ ਦੇਖ ਕੇ ਇੱਥੇ ਆ ਗਿਆ ਸੀ ਨੋਟ ਕਰੇ। ਕਿੰਨੀ ਉਮਰ ਸੀ ਉਹਨਾਂ ਦੀ? 55 ਸਾਲ। ਹੁਣ ਕੀ ਮੰਗ ਕਰਦੇ ਆਪਾਂ? ਹੁਣ ਅਸੀਂ ਸਰਕਾਰ ਕੋਲ ਇਹੀ ਕਹਿੰਦੇ ਕਿ ਚਲੋ ਤੇ ਹੁਣ ਜਲਦੀ ਚਲਿਆ ਗਿਆ, ਹੁਣ ਮਗਰ ਵੀ ਇਹਦੀ ਪੈਸੇ ਨਾਲ ਮਾਫ਼ ਹੋ ਜਾਏ। ਦੂਜੇ ਪਾਸੇ ਦਾਖਾ ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਮਨੀ ਚੋਣਾਂ ਲਈ ਖੜੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਐਲੀ ਵੱਲੋਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਗਏ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕੀਤੇ ਨੇ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਕੈਪਟਨ ਸਰਕਾਰ ਨੂੰ ਦੱਸਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ
ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਾਂਗੇ, ਚਾਹੇ ਉਹ ਆੜ੍ਹਤੀਆਂ ਦਾ ਕਰਜ਼ਾ ਵਾ, ਚਾਹੇ ਬੈਂਕ ਦਾ ਕਰਜ਼ਾ ਵਾ, ਚਾਹੇ ਕੋਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਵਾ, ਲੇਕਿਨ ਇਹਨਾਂ ਦੀ ਲਾਰੀ ਰਹਿ ਗਏ ਨੇ। ਅੱਜ ਜਿਹੜੇ ਪੰਜਾਬ ਦੇ ਕਿਸਾਨ, ਰੋਜ਼ ਅਖਬਾਰ 'ਚ ਖਬਰਾਂ ਆਉਂਦੀਆਂ ਕਿਸਾਨ ਖੁਦਕੁਸ਼ੀ ਕਰ ਰਹੇ ਨੇ, ਕਿਸਾਨ ਮਰ ਰਹੇ ਨੇ, ਲੇਕਿਨ ਇਹ ਕਰਜ਼ਾ ਮਾਫ਼ ਨਹੀਂ ਹੋਇਆ। ਆ ਅੱਜ ਦੀ ਨਿਊਜ਼ ਆ ਕਿ ਬੈਂਕ ਦੀ ਚਿੱਠੀ ਵੇਖ ਕੇ ਕਰਜ਼ਾਈ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਹੋਈ ਮੌਤ। ਸੋ ਇਹ ਸਿੱਧਵਾ ਵਿੱਟ ਸਾਡੇ ਇਲਾਕੇ ਦਾ, ਸਾ ਜਸਪਾਲ ਸਿੰਘ ਕਿਸਾਨ, ਅਤੇ ਜਿਹਨੂੰ ਆਸ ਸੀ ਕਿ ਕੈਪਟਨ ਵੱਲੋਂ ਇਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਊਗਾ, ਲੇਕਿਨ ਜਦੋਂ ਬੈਂਕ ਵੱਲੋਂ ਹੁਣ ਚਿੱਠੀ ਆਈ ਹੈ ਕੁਰਕੀ ਦੀ, ਤਾਂ ਉਸਨੂੰ ਨਾ ਚੱਲਦਿਆਂ ਹੋਇਆ ਉਹ ਇਸ ਸੰਸਾਰ ਤੋਂ ਸਦਾ ਲਈ ਨਿਕਲ ਗਿਆ। ਮੈਂ ਸਮਝਦਾ ਕਿ ਬੜੀ ਦੁਖਦਾਈ ਘਟਨਾ। ਸੋ ਸਿੱਧੇ ਤੌਰ 'ਤੇ ਦੇ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਜ਼ਿੰਮੇਵਾਰ ਆ। ਸੋ ਮੈਂ ਸਮਝਦਾ ਕਿ ਸਰਕਾਰ ਦੇ ਖਿਲਾਫ਼, ਕੈਪਟਨ ਸਾਹਿਬ ਦੇ ਖਿਲਾਫ਼ ਇਹਦੇ ਵਿੱਚ ਜਿਹੜੀ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ, ਕਿਉਂਕਿ ਪਿਛਲੇ ਸਮੇਂ 'ਚ ਬਹੁਤ ਸਾਰੇ ਕਿਸਾਨ ਨੇ ਜਿਹੜੇ ਇਹ ਸਰਕਾਰ ਤੋਂ ਦੁਖੀ ਆ ਕੇ, ਕਿਸਾਨ ਜਿਹੜੇ ਕਈ ਕਰਜ਼ਾ ਵੀ ਮੋੜ ਰਹੇ ਸੀ ਉਹਨਾਂ ਨੂੰ ਵੀ ਆਸ ਹੋ ਗਈ ਇਹ ਤਾਂ ਹੁਣ ਕੈਪਟਨ ਨੇ ਮੋੜ ਦੇਣੇ ਸਾਡੇ। ਸੋ ਅੱਜ ਇਹਨਾਂ ਨੂੰ ਸਾਰਿਆਂ ਨੂੰ ਵੀ ਕਰਜ਼ਾ ਹੀ ਬਣਾ ਦਿੱਤਾ। ਸੋ ਅੱਜ ਕਿਸਾਨ ਬੜਾ ਦੁਖੀ ਹੈ, ਸਰਕਾਰ ਤੋਂ ਹਰ ਵਰਗ ਦੁਖੀ ਆ। ਸੋ ਇਸ ਲਈ ਅਸੀਂ ਇਸ ਪਰਿਵਾਰ ਦਾ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਾਥ ਦੇਵਾਂਗੇ। ਸੋ ਇਸ ਲਈ ਸਾਰੇ ਹੀ ਅਸੀਂ ਜਿੰਨੇ ਕਿਸਾਨ ਇਸ ਇਲਾਕੇ ਦੇ ਸਖ਼ਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਹਾਂ ਕੈਪਟਨ ਸਰਕਾਰ ਦੀ। ਸੋ ਜ਼ਿਮਨੀ ਚੋਣ ਕਿਸ ਤਰ੍ਹਾਂ ਚੱਲ ਰਹੀ ਇਸ ਸਮੇਂ? ਸੋ ਇਲੈਕਸ਼ਨ ਦੇ ਵਿੱਚ ਵੱਡਾ ਸਹਿਯੋਗ ਮਿਲ ਰਿਹਾ, ਕਿਉਂਕਿ 2.5 ਸਾਲ ਦੇ ਵਿੱਚ ਕਾਂਗਰਸ ਨੇ ਕੇਵਲ ਲਾਰੇ ਦਿੱਤੇ ਨੇ। ਅੱਜ ਚਾਹੇ ਨੌਜਵਾਨ ਵਰਗ ਆ, ਚਾਹੇ ਐੱਸ ਸੀ ਭਾਈਚਾਰਾ, ਬੀ ਸੀ ਭਾਈਚਾਰਾ, ਜਨਰਲ ਵਰਗ ਆ, NRI, ਸਾਰੇ ਸਾਨੂੰ ਸਪੋਰਟ ਕਰ ਰਹੇ ਨੇ ਅਤੇ ਵੱਡਾ ਸਹਿਯੋਗ ਮਿਲ ਰਿਹਾ, ਅਤੇ ਇਹ ਸੀਟਾਂ ਜਿਹੜੀ ਅਸੀਂ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਝੋਲੀ ਪਾਵਾਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।